मैं आशीष ते मैं रजिंद्रा कॉलेज आया ते मैं बहुत टाइम तो वेख रहे हैं मेरे वड्डे वीर एक डायरी लेके खड़े हुए हैं की नाम है जी तो नवजोत सिंह नाई मेरा पिंड पक्का सीधा जिला सिरसा जी की करते हो तुसी मैं ही इत्थे बीए सेकंड च न्यू एडमिशन लेता है ते नाल दी नाल मैं म्यूजिक सीख रहा ते नाल दी नाल मैं गाने भी लिखदा जी अच्छा इस डायरी च की है ये डायरी च मेरे लिखे हुए आप दे लिखे हुए गाने है जी सो मैं कोले रखना जदों भी कोई ऑडियो मैं लिख लैंदा जी ते तुसी सुनाना चाहोगे सानू जी हां जी जरूर सुनाओ जी सो ओ यार नू ए मिली कुड़ी अथरे सवा दी ओ लुकदी है कैंट नाले मिठी ए जवां दी ओ कहंदी तेरी कुड़ियां दे विच सरदारी है ते मेरी मुंडे अज ठुक जी बना दे मित्रा ओ एवें रहण दे डायमंड रिंग देण नू वे मैनू यूपी विचों असला मंगा दे मित्रा ओ एवें रहण दे डायमंड रिंग देण नू वे मैनू यूपी विचों असला मंगा दे मित्रा बहुत ही वधिया जी असीं कामना करांगे तुहाडा गाना अच्छा चढ़े ते हुन मैं कुड़ियां विचों किसे नू बुलाना चाहांगा तुसी बहुत एक्साइटेड लग रहे सी तुसी आओ प्लीज ए लड़की साइड ते खड़ी हुई बहुत एक्साइटेड लग रही सी मैनू शायद इन्हां दा मन सी कैमरे अगे आउण दा ते की है तुहाडा नाम जी संदीप कौर संदीप की करदे हो तुसी मैं बीए फाइनल ते बठिंडे तों ही हो लोकल ते की शौक है तुहाडे मेरा शौक डांसिंग वगैरह डांसिंग ते डांस करके दिखाओगे फिर ਸ਼ਾਨ ਹੁੰਦੀ ਹੈ ਫਿਰ ਕਿਹੜੀ ਕੁੜੀਆਂ ਨੂੰ ਬੁਲਾਓਗੇ ਵਾਰੀ ਪਰਸੀ ਖੱਟਣ ਗਿਆ ਸੀ ਵਾਰੀ ਪਰਸੀ ਖੱਟਣ ਗਿਆ ਸੀ ਖੱਟੇ ਲਿਆਂਦੀ ਮਿੱਟੀ ਕੱਲ ਮੁੰਡਿਆਂ ਦੀ ਓਏ ਉੱਚੇ ਟਿੱਬੇ ਮੇਰੀ ਬੋਤੀ ਚੜਦੀ ਉੱਚੇ ਟਿੱਬੇ ਮੇਰੀ ਬੋਤੀ ਚੜਦੀ ਨੀਵੇਂ ਹੋ ਹੋ ਕਰਦੀ ਲੇਡਰੀ ਟਾਰ ਸ਼ਕੀਨਾ ਦੀ ਵਾਰੀ ਬਰਸੀ ਖੱਟਣ ਗਿਆ ਸੀ ਖਟਕੇ ਲਿਆਂਦਾ ਤਾਲਾ ਓ ਇਹਨਾਂ ਕੁੜੀਆਂ ਨੇ ਅੱਜ ਮੇਕਅਪ ਕੀਤਾ ਬਾੜਾ ਜੇ ਮੁੰਡੇ ਆਵੇ ਤੁਹਾਡਾ ਵਿਆਹ ਨਹੀਂ ਜੇ ਹੁੰਦਾ ਜੇ ਮੁੰਡੇ ਆਵੇ ਤੁਹਾਡਾ ਵਿਆਹ ਨਹੀਂ ਜੇ ਹੁੰਦਾ ਤੜਕੇ ਉੱਠ ਕੇ ਨਾਇਆ ਕਰੋ ਤੜਕੇ ਉੱਠ ਕੇ ਨਾਇਆ ਕਰੋ ਵੇ ਆ ਕੇ ਕੁੜੀਆਂ ਦੇ ਪੈਰੀ ਹੱਥ ਲਾਇਆ ਕਰੋ ਬਹੁਤ ਵਧੀਆ ਹੋਰ ਤੇ ਮੈਂ ਹੁਣੇ ਹੁਣੇ ਪਿੱਛੇ ਸੁਣਿਆ ਕਿ ਇੱਕ ਮੇਰੇ ਵੀ ਡਾਂਸ ਕਰਨਾ ਚਾਹੁੰਦੇ ਆ ਆ ਸੀ ਆਓ ਵੀਰੇ ਤੁਹਾਡਾ ਜੀਤ ਵੀਰੇ ਜੀਤ ਕੀ ਕਰਦੇ ਹੋ ਤੁਸੀਂ ਮੈਂ ਸਟੱਡੀ ਕਰਦਾ ਤੇ ਡਾਂਸ ਕਰਦਾ ਅੱਛਾ ਬਠਿੰਡੇ ਤੋਂ ਹੀ ਹੋ ਬਠਿੰਡੇ ਲੋਕਲ ਹੌਬੀਜ਼ ਡਾਂਸਿੰਗ ਹੀ ਆ ਡਾਂਸ ਬ੍ਰੇਕਿੰਗ ਪਾਰਕੋਰ ਫ੍ਰੀ ਰਨਿੰਗ ਹੁਣ ਕਿਹੜਾ ਸਟਾਈਲ ਕਰਕੇ ਦਿਖਾਓ ਵਿੱਚ ਥੋੜੀ ਮੋਟੀ ਬ੍ਰੇਕਿੰਗ ਕਰਕੇ ਦਿਖਾਉਂਗਾ ਜੋ ਸਟੰਟ ਵਗੈਰਾ ਆ ਜਿਹੜੇ ਲੈ ਜਿਹਨੂੰ ਬੈਠ ਕੇ ਕਰਨ ਦੇ ਪਲੈਰ ਕਰਾਂ ਅੱਛਾ ਚਲੋ ਠੀਕ ਹੈ ਬਹੁਤ ਵਧੀਆ ਲੱਗਿਆ ਜੀ ਅਸੀਂ ਤੁਹਾਡੇ ਤਾਂ ਟੈਲੈਂਟ ਨੂੰ ਸਹਾਰਦੇ ਹਾਂ ਤੇ ਥੈਂਕ ਯੂ ਸੋ ਮੱਚ ਕੀ ਨਾਮ ਹੈ ਜੀ ਤੁਹਾਡਾ ਅਮਨ ਮਾਈਨਿੰਗ ਅਮਨ ਕੀ ਸ਼ੌਕ ਹੈ ਤੁਹਾਡੇ ਸਿੰਗਿੰਗ ਐਂਡ ਕੁਕਿੰਗ ਕੁਕਿੰਗ ਤੇ ਹੁਣ ਤੁਸੀਂ ਇੱਥੇ ਖਾਣਾ ਬਣਾਓਗੇ ਸਮਾਨ ਹੀ ਨਹੀਂ ਬਣਾਵਾ ਕਿਤੋਂ ਫੇਰ ਗਾਣਾ ਗਾਓਗੇ ਮਤਲਬ ਠੀਕ ਹੈ ਚਲੋ ਗਾ ਕੇ ਸੁਣਾਓ ਬੇ ਮੈਂ ਸੇਲ ਚ ਖਰੀਦ ਦੀ ਜੇ ਕੱਪੜੇ ਤੂੰ ਕਿਹੜਾ ਕੋਹੇ ਬੇਮੇ ਸੇਲ ਚੋ ਖਰੀਦ ਦੀ ਜੇ ਕੱਪੜੇ ਤੂੰ ਕਿਹੜਾ ਕੋਹੇ ਨੂੰ ਰੁਮਾਲ ਚੋ ਲਿਆਉਣਾ ਏ ਬੇਪਾ ਕੇ ਸਾਦਾ ਜਿਹਾ ਕੁੜਤਾ ਪਜਾਮਾ ਤੂੰ ਵੀ 200 ਦਾ ਸੇਲ ਚੋ ਲਿਆਉਣਾ ਏ ਬੇਮੇ ਤਾਂ ਗੁਰੂ ਘਰ ਜਾਵਾਂ ਤੂੰ ਤਾਂ ਸਿਨਮੇ ਨੂੰ ਜਾਵੇਂ ਸਾਡੀ ਮਹਿੰਗੀ ਏ ਕਰੀਮ ਮੁੰਡਿਆ ਵੇ ਤੇਰੀ ਫੈਮਿਲੀ ਦੇ ਕੱਪੜੇ ਆ ਜਾਂਦੇ ਜਿੰਨੇ ਦੀ ਮੇਰੀ ਜੀਨ ਮੁੰਡਿਆ ਇੱਥੇ ਦਾ ਡਿਬੇਟ ਹੀ ਚੱਲ ਪਈ ਬੋਇਜ਼ ਅਲੱਗ ਕੁੜੀਆਂ ਅਲੱਗ ਉਹ ਜੀਆਰਸੀ ਤੂੰ ਵਾਲੀਏ ਨਹੀਂ ਮਾਰਨਾ ਕਰੀ ਲਾ ਕੇ ਯਾਰੀ ਸਾਡੇ ਨਾਲ ਇਸਾਨ ਨਾ ਕਰੀ ਸਾਡਾ ਬਾਪੂ ਦਿੰਦਾ ਪੂਰੀ ਖੁੱਲ ਬੱਲੀਏ ਭਾਵੇਂ ਕੱਦ ਛੋਟਾ ਤੇਰੇ ਡੈਡ ਦੇ ਵਪਾਰ ਤੋਂ ਉਹ ਸਾਡੇ 1100 ਤੇ ਖੇਡਦੀ ਸੀ ਸੱਪਾਂ ਵਾਲੀ ਗੇਮ ਉਹ ਸਾਡੇ 1100 ਤੇ ਖੇਡਦੀ ਸੀ ਸੱਪਾਂ ਵਾਲੀ ਗੇਮ ਅੱਜ ਚੰਗੇ ਦਿਨ ਆ ਗਏ ਮਿੱਤਰਾਂ ਨੂੰ ਭੁੱਲ ਗਈ
ਉਹ ਦੂਜਾ ਜਿੰਨੀ ਕਿ ਤੂੰ ਪੀਜੀ ਵਿੱਚ ਰਹਿੰਦੀ ਬੱਲੀਏ ਉਹ ਤੋਂ ਦੂਣਾ ਅਸੀਂ ਮੋਟਰ ਤੇ ਥਾ ਛੱਡਿਆ ਹੁਣ ਹੀ ਤੂੰ ਤਿੰਨ ਕੁ ਫਰੈਂਡਾਂ ਨਾਲ ਫਿਰੇ ਮੇਲਦੀ ਮੇਰੇ ਯਾਰ ਬੜੇ ਮਹਿਫਲਾਂ ਲਈ ਥਾਂ ਰੱਖਿਆ ਚਲੋ ਬਈ ਇੱਥੇ ਤਾਂ ਡਿਬੇਟ ਚੱਲ ਪਈ ਕੁੜੀਆਂ ਤੇ ਮੁੰਡਿਆਂ ਦੀ ਅਸੀਂ ਥੋੜਾ ਜਿਹਾ ਮਾਹੌਲ ਚੇਂਜ ਕਰਦੇ ਹਾਂ ਇਹਨਾਂ ਨੂੰ ਬੁਲਾਉਂਦੇ ਹਾਂ ਕੀ ਨਾਮ ਹੈ ਜੀ ਤੁਹਾਡਾ ਡੋਲੀ ਡੋਲੀ ਕੀ ਕਰਦੇ ਹੋ ਬੀਕੌਮ ਫਸਟ ਈਅਰ ਅੱਛਾ ਤੇ ਲੋਕਲੀ ਹੋ ਹਾਂਜੀ ਤੇ ਕੀ ਸ਼ੌਕ ਹੈ ਜੀ ਤੁਹਾਡੇ ਕੁਛ ਵੀ ਮੈਨੂੰ ਬਹੁਤ ਖੁਸ਼ੀ ਹੈ ਅੱਜ ਸਾਡੇ ਯੋਗੇਸ਼ ਬਾਤੀਸ਼ ਦਾ ਚੈਨਲ ਹੈ ਉਹਨਾਂ ਨੇ ਸਾਨੂੰ ਇੱਥੇ ਪ੍ਰੋਗਰਾਮ ਤੇ ਬੁਲਾਇਆ ਜਿਹੜੇ ਮੁੰਡਿਆਂ ਨੇ ਇਹਨਾਂ ਨੇ ਬ੍ਰਾਂਡਡ ਗਾਣੇ ਕੱਪੜਿਆਂ ਦੇ ਗਾਣੇ ਗਾਏ ਅਸੀਂ 25 ਸਾਲ ਤੋਂ ਬਠਿੰਡੇ ਬ੍ਰਾਂਡਡ ਕੱਪੜਿਆਂ ਦਾ ਕੰਮ ਕਰ ਰਹੇ ਹਾਂ ਬਠਿੰਡਾ 'ਚ ਓਵਰਾਈ ਕਲੈਕਸ਼ਨ ਸਾਡਾ ਇੱਕ ਮਿੱਤਲ ਮਾਲ 'ਚ ਇੱਕ ਡਾਕਟਰ ਮੇਲਾ ਰਾਮ ਰੋਡ 'ਤੇ ਧੋਬੀ ਯਾਰ 3 ਸ਼ੋਰੂਮ ਹੈ ਲੇਡੀਜ਼ ਜੈਂਟਸ ਸਾਰੇ ਕੱਪੜੇ ਹੁੰਦੇ ਹੈ ਜਿਹੜਾ ਵੀ ਸਟੂਡੈਂਟ ਰਜਿੰਦਰਾ ਕਾਲਜ ਦਾ ਸਾਨੂੰ ਆਈਡੈਂਟੀ ਕਾਰਡ ਦਿਖਾਊਗਾ ਉਹਨੂੰ 10% ਡਿਸਕਾਊਂਟ ਮਿਲੂਗਾ 15 ਅਕਤੂਬਰ ਤੱਕ ਰਜਿੰਦਰਾ ਕਾਲਜ ਦਾ ਕੋਈ ਵੀ ਬੱਚਾ ਹੋਏ ਆਪਦਾ ਆਈਡੈਂਟੀ ਕਾਰਡ ਦਿਖਾਊਗਾ ਉਹਨੂੰ 10% ਡਿਸਕਾਊਂਟ ਮਿਲੂ 15 ਅਕਤੂਬਰ ਤੱਕ ਕੋਈ ਹੋਏ ਰਜਿੰਦਰਾ ਕਾਲਜ ਦਾ ਉਹਨਾਂ ਕੋਲ ਆਈਡੈਂਟੀ ਕਾਰਡ ਹੁੰਦਾ ਚਲੋ ਜੀ ਸੌਂਗ ਗਾਣਾ ਜੀ ਮੇਰੇ ਵੀਰ ਨੇ ਸਾਰੇ ਸਪੋਰਟ ਕਰਿਓ ਤੇਰੇ ਵੱਡੇ ਸ਼ੈਂਕੀ ਨੀ ਸੋਨੂ ਮੋਨੂ ਤੇ ਸ਼ੈਂਕੀ ਨੀ ਸ਼ੈਂਕੀ ਨੀ ਉਹ ਮੋਢਿਆਂ ਉੱਤੋਂ ਦੀ ਥੁੱਕਦੇ ਸੀ ਤੂੰ ਜਿਨ੍ਹਾਂ ਨੂੰ ਵੈਲੀ ਦੱਸਦੀ ਹੈ ਮੈਂ 10ਵੀਂ ਵਿੱਚ ਹੀ ਕੁੱਟਤੇ ਸੀ ਤੇਰੀ ਕਲਾਸ ਦਾ ਗੁੰਡਾ ਨੀ ਸੁਣਿਆ ਮੈਂ ਤੇਰੇ ਚਾਚੇ ਦਾ ਮੁੰਡਾ ਨੀ ਅੰਦਰ ਜਾ ਅੱਖਾਂ ਕੱਢਦਾ ਹੁੰਦਾ ਸੀ ਜ਼ਮੀਨ ਵਿੱਚ ਸੁੱਟਦੇ ਸੀ ਤੂੰ ਜਿਨ੍ਹਾਂ ਨੂੰ ਵੈਲੀ ਦੱਸਦੀ ਹੈ ਮੈਂ 10ਵੀਂ ਵਿੱਚ ਹੀ ਕੁੱਟਤੇ ਸੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਜੀ ਕੀ ਨਾਮ ਹੈ ਤੁਹਾਡਾ ਜੂਹੀ ਗੁਪਤਾ ਜੂਹੀ ਗੁਪਤਾ ਗੁਪਤਾ ਓ ਮੈਨੂੰ ਲੱਗਿਆ ਜੂਹੀ ਚਾਵਲਾ ਅੱਛਾ ਕੀ ਕਰਦੇ ਹੋ ਤੁਸੀਂ ਮੈਂ ਬੀਏ ਫਸਟ ਈਅਰ ਬੀਏ ਫਸਟ ਈਅਰ ਬਠਿੰਡਾ ਤੋਂ ਹੀ ਹਾਂ ਹਾਂਜੀ ਤੇ ਕੀ ਸ਼ੌਕ ਹੈ ਤੁਹਾਡੇ ਮੈਨੂੰ ਬੋਲਣਾ ਪਸੰਦ ਹੈ ਬਸ ਇਹੀ ਕਰ ਰਹੀ ਹੈ ਅੱਛਾ ਤੇ ਹੁਣ ਤੁਸੀਂ ਇੱਥੇ ਬੋਲਣਾ ਨਹੀਂ ਤੁਸੀਂ ਕੁਝ ਪੁੱਛਿਆ ਮੈਂ ਬੋਲੂੰਗੀ ਤੁਹਾਡੀ ਮੂਵੀਜ਼ ਦੇਖਦੇ ਹੋ ਤੁਸੀਂ ਕਿਹੜੀ ਫੇਵਰੇਟ ਮੂਵੀ ਹੈ ਐਕਟ੍ਰੈਸ ਕਿਹੜੀ ਫੇਵਰੇਟ ਲੱਗਦੀ ਹੈ ਦੀਪਿਕਾ ਪਾਦੂਕੋਣ ਉਹਦੀ ਮਿਮਿਕਰੀ ਕਰਕੇ ਦਿਖਾ ਦਿਓ ਇੱਕ ਚੁਟਕੀ ਸਿੰਦੂਰ ਕੀ ਕੀਮਤ ਇੱਕ ਚੁਟਕੀ ਸਿੰਦੂਰ ਕੀ ਕੀਮਤ ਤੁਮ ਕਿਆ ਜਾਨੋ ਰਮੇਸ਼ ਬਾਬੂ ਈਸ਼ਵਰ ਕਾ ਆਸ਼ੀਰਵਾਦ ਹੋਤਾ ਹੈ ਇੱਕ ਚੁਟਕੀ ਸਿੰਦੂਰ ਬਹੁਤ ਵਧੀਆ ਥੈਂਕ ਯੂ ਜੋਈ ਜੀ ਥੈਂਕ ਯੂ ਸੋ ਮਚ ਹੁਣੇ ਖੜਿਆ ਸੀ ਤੇ ਮੈਂ ਵੇਖਿਆ ਇਹਨਾਂ ਕੁੜੀਆਂ ਨੂੰ ਬਹੁਤ ਸ਼ੌਕ ਹੈ ਵੀ ਬੋਲੀ ਪਾਉਣ ਦਾ ਕੀ ਕਰਦੇ ਹੋ ਤੁਸੀਂ ਮੈਂ ਬੀਏ ਸੈਕੰਡ ਈਅਰ ਲੋਕਲ ਹੀ ਹੋ ਨਹੀਂ ਜੋਧਪੁਰ ਮਾਣਾ ਤੋਂ ਤੁਸੀਂ ਲੋਕਲ ਚਲੋ ਓਕੇ ਸਟਾਰਟ ਅੱਧੀ ਰਾਤੀ ਕਰਿਆ ਵੜਦਾ ਲੈ ਮੁੰਡਿਆਂ ਦੀ ਟੋਲੀ ਵੇ ਮੈਣਾ ਤੇਰੇ ਭਾਂਡੇ ਮਾਂਜਨੇ ਬਣ ਕੇ ਤੇਰੀ ਗੋਲੀ ਤਾਈਓ ਸਿਰ ਚੜ ਗਿਆ ਨੀ ਅੱਧੀ ਰਾਤੀ ਕਰਿਆ ਵੜੂ ਲੈ ਮੁੰਡਿਆਂ ਦੀ ਟੋਲੀ ਨੀ ਤੂੰ ਓ ਮੇਰੇ ਭਾਂਡੇ ਮਾਂਜੇਗੀ ਤੂੰ ਓ ਮੇਰੀ ਗੋਲੀ ਨੀ ਕਰ ਤੂੰ ਗੱਜ ਵਰਗੀ ਓਕੇ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਿਆ ਇਹਨਾਂ ਦੀਆਂ ਬੋਲੀਆਂ